ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ। ਅੱਜ ਮੈਂ ਤੁਹਾਡੇ ਨਾਲ ਬ੍ਰੈਡ ਦੀ ਇੱਕ ਬਹੁਤ ਹੀ ਜ਼ਿਆਦਾ ਲਾਜਵਾਬ ਰੈਸਪੀ ਸ਼ੇਅਰ ਕਰਨ ਵਾਲੀ ਹਾਂ। ਇਹ ਬ੍ਰੈਡ ਦੀ ਮਿਠਾਈ ਬਣਾ ਕੇ ਆਪਾਂ ਤਿਆਰ ਕਰਨੀ ਹੈ। ਕਿਵੇਂ ਬਣਾ ਕੇ ਤਿਆਰ ਕਰਨੀ ਹੈ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ। ਜੇਕਰ ਥੋੜ੍ਹੀ ਜਿਹੀ ਵੀ ਪਸੰਦ ਆਏ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅੱਗੇ ਹੋਲੀ ਆ ਰਹੀ ਹੈ ਜਾਂ ਫਿਰ ਤੁਹਾਡੇ ਘਰ ਕੋਈ ਗੈਸਟ ਆ ਰਿਹਾ ਤਾਂ ਤੁਸੀਂ ਫਟਾਫਟ ਇਹ ਮਿਠਾਈ ਬਣਾ ਕੇ ਇੰਜੋਏ ਕਰ ਸਕਦੇ ਹੋ। ਗੈਸਟ ਦੇ ਅੱਗੇ ਰੱਖੋਗੇ, ਗੈਸਟ ਪਹਿਚਾਣ ਹੀ ਨਹੀਂ ਸਕੇਗਾ ਕਿ ਤੁਸੀਂ ਇਹ ਘਰ ਬਣਾ ਕੇ ਤਿਆਰ ਕੀਤੀ ਹੈ। ਇੰਨੀ ਜ਼ਿਆਦਾ ਇਹ ਲਾਜਵਾਬ ਬਣ ਕੇ ਤਿਆਰ ਹੁੰਦੀ ਹੈ ਤਾਂ ਤੁਸੀਂ ਇੱਕ ਵਾਰ ਇਹਨੂੰ ਬਣਾ ਕੇ ਘਰ ਦੇ ਵਿੱਚ ਟਰਾਈ ਜ਼ਰੂਰ ਕਰਨਾ। ਆਈ ਐਮ ਸ਼ੋਰ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਇਹ ਬ੍ਰੈਡ ਦੀ ਮਿਠਾਈ। ਤਾਂ ਚਲੀਏ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਬਣਾਉਣ ਦੇ ਲਈ। ਇੱਥੇ ਮੈਂ ਲਈ ਹੈ ਇੱਕ ਕੜਾਹੀ, ਕੜਾਹੀ ਨੂੰ ਮੈਂ ਗੈਸ ਦੇ ਉੱਤੇ ਚੜਾ ਦਿੱਤਾ ਅਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ ਅੱਧਾ ਲੀਟਰ ਦੁੱਧ। ਦੁੱਧ ਪਾ ਕੇ ਇੱਥੇ ਮੈਂ ਫੁੱਲ ਫੈਟ ਜਿਹੜਾ ਕੱਚਾ ਦੁੱਧ ਲਿਆ ਹੈ, ਤੁਸੀਂ ਉਬਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ। ਹੁਣ ਇਹਨੂੰ ਆਪਾਂ ਉਬਾਲਣਾ 3 ਤੋਂ 4 ਮਿੰਟ ਦੇ ਲਈ। ਇਹਨੂੰ ਆਪਾਂ ਉਬਾਲ ਲੈਂਦੇ ਹਾਂ ਚੰਗੀ ਤਰ੍ਹਾਂ ਦੇ ਨਾਲ। ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਹੀ ਰੱਖਣੀ ਹੈ। ਪਹਿਲੇ ਇਹਨੂੰ ਫੁੱਲ ਫਲੇਮ 'ਤੇ ਉਬਾਲਾ ਆਣ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਗੈਸ ਮੀਡੀਅਮ ਕਰ ਦੇਣੀ ਹੈ। ਇਹਨੂੰ ਉਬਾਲ ਲੈਂਦੇ ਹਾਂ, ਇਹਨੂੰ ਉਬਾਲਾ ਆ ਗਿਆ, ਤੁਸੀਂ ਦੇਖ ਸਕਦੇ ਹੋ ਦੁੱਧ ਜਿਹੜਾ ਹੈ ਉਬਲ ਚੁੱਕਿਆ ਪੂਰੀ ਤਰ੍ਹਾਂ ਦੇ ਨਾਲ। ਗੈਸ ਦੀ ਫਲੇਮ ਹੁਣ ਮੈਂ ਇੱਥੇ ਮੀਡੀਅਮ ਕਰ ਦਿੱਤੀ ਹੈ। ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਚੀਨੀ, ਚੀਨੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਣੀ ਹੈ। ਮੈਂ ਇੱਥੇ 4 ਚਮਚ ਚੀਨੀ ਦੇ ਪਾ ਰਹੀ ਹਾਂ ਕਿਉਂਕਿ ਇਹਦੇ ਵਿੱਚ ਮਿੱਠਾ ਥੋੜ੍ਹਾ ਜਿਹਾ ਜ਼ਿਆਦਾ ਹੀ ਚੰਗਾ ਲੱਗਦਾ ਹੈ। ਅਤੇ ਚੀਨੀ ਪਾ ਕੇ ਇਹਨੂੰ ਆਪਾਂ ਫਿਰ ਤੋਂ ਉਬਾਲ ਲੈਣਾ ਜਦੋਂ ਤੱਕ ਉਬਲ ਰਿਹਾ। ਇੱਕ ਛੋਟਾ ਜਿਹਾ ਕੰਮ ਆਪਾਂ ਹੋਰ ਕਰ ਲੈਂਦੇ ਹਾਂ। ਇੱਥੇ ਮੈਂ ਇੱਕ ਬਾਊਲ ਲਿਆ, ਬਾਊਲ ਦੇ ਵਿੱਚ ਮੈਂ 1/2 ਕੱਪ ਦੁੱਧ ਪਾਇਆ ਹੋਇਆ। ਦੁੱਧ ਜਿਹੜਾ ਹੈ ਠੰਡਾ ਹੈ, ਰੂਮ ਟੈਂਪਰੇਚਰ ਦਾ। ਹੁਣ ਇਹ ਦੁੱਧ ਜਿਹੜਾ ਮੈਂ ਲਿਆ ਉਬਲੇ ਹੋਏ ਲਿਆ, ਕੱਚਾ ਨਹੀਂ ਲਿਆ। ਇਹਦੇ ਵਿੱਚ ਮੈਂ 2 ਚਮਚ ਜਿਹੜਾ ਕਸਟਰਡ ਪਾਊਡਰ ਦਾ ਪਾ ਰਹੀ ਹਾਂ। ਮੈਂ ਵਨੀਲਾ ਫਲੇਵਰ ਦਾ ਕਸਟਰਡ ਪਾਊਡਰ ਲਿਆ, ਤੁਸੀਂ ਕਸਟਰਡ ਪਾਊਡਰ ਨਹੀਂ ਪਾਉਣਾ ਚਾਹੁੰਦੇ ਤਾਂ ਕੋਰਨ ਫਲੋਰ ਹੁੰਦਾ ਜਿਹੜਾ ਉਹ ਵੀ ਪਾ ਸਕਦੇ ਹੋ 2 ਚਮਚ। ਜੇ ਤੁਸੀਂ ਕੋਰਨ ਫਲੋਰ ਪਾਓਗੇ ਤਾਂ ਫਿਰ ਤੁਹਾਨੂੰ ਇਹਦੇ ਵਿੱਚ ਵਨੀਲਾ ਐਸੈਂਸ ਤੇ ਪਾਉਣੇ ਪੈਣੇ 2-3 ਡ੍ਰੌਪਸ। ਇਸ ਕਾਰਨ ਤੁਸੀਂ ਇੱਕ ਕੰਮ ਕਰੋ, ਕਸਟਰਡ ਪਾਊਡਰ ਜਿਹੜਾ ਹੈ ਉਹ ਤੁਸੀਂ ਪਾ ਲਿਓ ਇਹਦੇ ਵਿੱਚ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ। ਇਹਦੀ ਜਿਹੜੀ ਗੁਠਲੀ ਵਗੈਰਾ ਇਹਦੇ ਵਿੱਚ ਕੋਈ ਵੀ ਨਹੀਂ ਹੋਣੀ ਚਾਹੀਦੀ, ਚੰਗੀ ਤਰ੍ਹਾਂ ਦੇ ਨਾਲ ਦੁੱਧ ਵਿੱਚ ਇਹ ਮਿਕਸ ਹੋਣਾ ਚਾਹੀਦਾ ਕਸਟਰਡ ਪਾਊਡਰ। ਅਤੇ ਮਿਕਸ ਹੋ ਚੁੱਕਿਆ ਤਾਂ ਹੁਣ ਚਲਦੇ ਹਾਂ ਆਪਾਂ ਗੈਸ ਵੱਲ। ਦੁੱਧ ਵਿੱਚ ਮੈਂ ਕੁਛ ਨਹੀਂ ਪਾਇਆ ਹੋਇਆ ਕਸਟਰਡ ਪਾਊਡਰ ਵਾਲੇ ਦੁੱਧ 'ਚ। ਇੱਥੇ ਦੁੱਧ ਜਿਹੜਾ ਹੈ ਕਾਫੀ ਉਬਲ ਚੁੱਕਿਆ, 4 ਤੋਂ 5 ਮਿੰਟ ਹੋ ਗਏ ਦੁੱਧ ਨੂੰ ਉਬਲਦੇ ਹੋਏ। ਹੁਣ ਆਪਾਂ ਕੀ ਕਰਨਾ, ਦੁੱਧ ਹਿਲਾਈ ਜਾਣਾ ਔਰ ਕਸਟਰਡ ਪਾਊਡਰ ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਆਪਾਂ ਦੁੱਧ ਦੇ ਵਿੱਚ ਘੋਲ ਕੇ ਰੱਖਿਆ ਇਹ ਪਾਈ ਜਾਣਾ ਇਹਦੇ ਵਿੱਚ। ਇਹਨੂੰ ਛੱਡਣਾ ਬਿਲਕੁਲ ਨਹੀਂ ਹੈ ਕਿਉਂਕਿ ਕਸਟਰਡ ਪਾਊਡਰ ਜਿਹੜਾ ਹੈ ਇਹ ਦੁੱਧ ਦੇ ਵਿੱਚ ਜਦੋਂ ਆਪਾਂ ਪਾਉਂਦੇ ਹਾਂ ਗਰਮ ਦੇ ਵਿੱਚ ਤਾਂ ਇਹ ਨੀਚੇ ਤਲੇ ਦੇ ਨਾਲ ਲੱਗ ਜਾਂਦਾ, ਅਤੇ ਇਸ ਕਾਰਨ ਇਹਨੂੰ ਛੱਡਣਾ ਬਿਲਕੁਲ ਨਹੀਂ ਹੈ। ਔਰ ਜਿਹੜੇ ਕਟੋਰੇ ਵਿੱਚ ਬਾਊਲ ਦੇ ਵਿੱਚ ਆਪਾਂ ਕਸਟਰਡ ਪਾਊਡਰ ਘੋਲਿਆ ਸੀ ਉਸਨੂੰ ਵੀ ਆਪਾਂ ਹਿਲਾਉਂਦੇ ਹੋਏ ਪਾਉਣਾ ਕਿਉਂਕਿ ਬਾਊਲ ਦੇ ਵਿੱਚ ਵੀ ਕਸਟਰਡ ਪਾਊਡਰ ਜਿਹੜਾ ਬੈਠ ਜਾਂਦਾ। ਅਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਚਲਾਉਂਦੇ ਹੋ ਇਹਨੂੰ, ਇਹ ਗਾੜਾ ਹੋ ਗਿਆ। 1/2 ਕਿਲੋ ਦੁੱਧ ਦੇ ਵਿੱਚ ਸਿਰਫ 2 ਚਮਚ ਹੀ ਕਸਟਰਡ ਪਾਊਡਰ ਪਾਉਣਾ, ਨਹੀਂ ਤਾਂ ਜ਼ਿਆਦਾ ਗਾੜਾ ਹੋ ਜਾਏਗਾ। ਜ਼ਿਆਦਾ ਗਾੜਾ ਕਸਟਰਡ ਪਾਊਡਰ ਵਾਲਾ ਦੁੱਧ ਜਿਹੜਾ ਫਿਰ ਉਹ ਟੇਸਟ ਨਹੀਂ ਲੱਗਦਾ ਖਾਣ ਦੇ ਵਿੱਚ। ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਿਰ ਤੋਂ 2-3 ਮਿੰਟ ਲਈ ਉਬਾਲ ਲੈਂਦੇ ਹਾਂ, ਅਤੇ ਉਬਲ ਚੁੱਕਿਆ ਗੈਸ ਬੰਦ ਕਰ ਦਿੰਦੇ ਹਾਂ। ਹੁਣ ਇੱਥੇ ਮੈਂ ਕਸਟਰਡ ਪਾਊਡਰ ਵਾਲਾ ਬਾਊਲ ਲਿਆ, ਬਾਊਲ ਦੇ ਵਿੱਚ ਮੈਂ ਪਾ ਰਹੀ ਹਾਂ 2 ਤੋਂ 3 ਚਮਚ ਨਾਰੀਅਲ ਦਾ ਬੁਰਾਦਾ। ਵੈਸੇ ਤਾਂ ਇਹ ਸਟੈਪ ਜਿਹੜਾ ਹੈ ਨਾਰੀਅਲ ਦਾ ਬੁਰਾਦਾ ਜਿਹੜਾ ਹੈ ਬਿਲਕੁਲ ਆਪਸ਼ਨਲ ਹੈ, ਪਰ ਨਾਰੀਅਲ ਦੇ ਬੁਰਾਦੇ ਦੇ ਨਾਲ ਬਹੁਤ ਹੀ ਟੇਸਟ ਵਧੀਆ ਆਉਂਦਾ ਹੈ ਬ੍ਰੈਡ ਦਾ। ਹੁਣ ਮੈਂ ਘਰ ਦੇ ਦੁੱਧ ਉੱਤੇ ਜਿਹੜੀ ਮਲਾਈ ਆਉਂਦੀ ਹੈ, ਮੈਂ ਫਰੈਸ਼ ਮਲਾਈ 2 ਦਿਨ ਦੀ ਮਲਾਈ ਜਿਹੜੀ ਉਹ ਲਈ ਹੈ, ਅਤੇ ਮੈਂ ਇਹਦੇ ਵਿੱਚ 3-4 ਚਮਚ ਜਿਹੜੇ ਪਾ ਦੇਣੇ ਆ ਜਾਂ ਫਿਰ ਜਿੰਨੀ ਜ਼ਰੂਰਤ ਲੱਗਦੀ ਹੈ ਉਨੀ ਇਹਦੇ ਵਿੱਚ ਪਾ ਦੇਣੀ ਹੈ। ਚੀਨੀ ਦੇ ਵਿੱਚ ਮੈਂ ਨਹੀਂ ਪਾਈ ਕਿਉਂਕਿ ਜਿਹੜਾ ਕਸਟਰਡ ਪਾਊਡਰ ਆਪਾਂ ਦੁੱਧ ਦੇ ਵਿੱਚ ਪਕਾਇਆ ਉਹਦੇ ਵਿੱਚ ਵੀ ਚੀਨੀ ਸੀਗੀ, ਔਰ ਜਿਹੜਾ ਅੱਗੇ ਆਪਾਂ ਸਟੈਪ ਕਰਨ ਜਾ ਰਹੇ ਹਾਂ ਉਹ ਵੀ ਆਪਾਂ ਉਹਦੇ ਵਿੱਚ ਵੀ ਚੀਨੀ ਪਾਉਣੀ ਹੈ, ਇਸ ਕਾਰਨ ਇਹਦੇ ਵਿੱਚ ਮੈਂ ਚੀਨੀ ਨਹੀਂ ਪਾਈ ਹੈ। ਥੋੜ੍ਹੀ ਜਿਹੀ ਮਲਾਈ ਆਪਾਂ ਹੋਰ ਪਾ ਲੈਂਦੇ ਹਾਂ। ਦੁੱਧ ਜਿਹੜਾ ਉਬਲਿਆ ਹੋਇਆ ਅਤੇ ਮੈਂ ਘਰ ਦੇ ਵਿੱਚ ਜਦੋਂ ਵੀ ਦੁੱਧ ਉਬਾਲਣੀ ਆ ਜਿਹੜੀ ਮਲਾਈ ਹੈ ਉਹਦੇ ਵਿੱਚ ਇਲਾਇਚੀ ਜਿਹੜੀ ਹੈ ਆ ਗਈ ਹੈ, ਇਸ ਕਾਰਨ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਉਬਲੇ ਹੋਏ ਦੁੱਧ ਦੀ ਮਲਾਈ ਜਿਹੜੀ ਹੈ ਉਹ ਲਈ ਹੈ। ਇਹ ਤੁਸੀਂ ਦੇਖ ਸਕਦੇ ਹੋ ਇਲਾਇਚੀ ਇਹਦੇ ਵਿੱਚ ਆ ਰਹੀ ਹੈ। ਇਹ ਜਿਹੜਾ ਇਲਾਇਚੀ ਇਹਨੂੰ ਆਪਾਂ ਕੱਢ ਲੈਂਦੇ ਹਾਂ, ਇਹ ਮਿਕਸ ਹੋ ਚੁੱਕਿਆ। ਇਹਨੂੰ ਆਪਾਂ ਹੁਣ ਕਰਨੇ ਆ ਸਾਈਡ, ਚੱਲਣੇ ਅਗਲੇ ਸਟੈਪ ਵੱਲ। ਅਗਲਾ ਸਟੈਪ ਹੈ ਬ੍ਰੈਡ ਦਾ। ਇੱਥੇ ਮੈਂ 6 ਬ੍ਰੈਡ ਲਏ ਹਾਂ। ਬ੍ਰੈਡ ਦੀ ਕੁਆਂਟਿਟੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ, ਅਤੇ ਮੈਂ ਇੱਥੇ 5 ਬ੍ਰੈਡ ਲਏ ਹਾਂ। ਅਤੇ ਹੁਣ ਆਪਾਂ ਕੀ ਕਰਨਾ, ਜਿਹੜੀ ਮਲਾਈ ਵਾਲਾ ਮਿਕਸਚਰ ਬਣਾ ਕੇ ਰੱਖਿਆ ਇਹ ਆਪਾਂ 1 ਬ੍ਰੈਡ ਦੇ ਉੱਤੇ ਲਗਾ ਦੇਣਾ, ਉਹ ਦੂਸਰਾ ਬ੍ਰੈਡ ਉਹਦੇ ਉੱਪਰ ਰੱਖ ਦੇਣਾ। ਚੰਗੀ ਤਰ੍ਹਾਂ ਦੇ ਨਾਲ ਲਾਉਣਾ ਤਾਂ ਕਿ ਕੋਨੇ ਕੋਨੇ ਵਿੱਚ ਇਹ ਮਲਾਈ ਦਾ ਜਦੋਂ ਆਪਾਂ ਖਾਈਏ ਤਾਂ ਟੈਕਸਚਰ ਆਏ। ਇਹ ਬਿਲਕੁਲ ਵੀ ਫਿੱਕੀ ਨਹੀਂ ਲੱਗੇਗੀ ਅੰਦਰੋਂ, ਇਹ ਪੂਰੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਜਿਹੜੀ ਚੀਨੀ ਹੈ ਮਿਠਾਸ ਜਿਹੜੀ ਹੈ ਐਬਜ਼ੋਰਬ ਹੋ ਜਾਏਗੀ। ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਇਸੇ ਕਾਰਨ ਮੈਂ ਕਹਿ ਰਹੀ ਹਾਂ, ਤਾਂ ਹੀ ਪਤਾ ਚੱਲੇਗਾ ਕਿ ਮੈਂ ਕਿਸ ਤਰ੍ਹਾਂ ਇਹ ਬਣਾ ਕੇ ਤਿਆਰ ਕਰ ਰਹੀ ਹਾਂ। ਹੁਣ ਆਪਾਂ ਸਾਈਡਾਂ ਜਿਹੜੀਆਂ ਬਰਾਊਨ ਪਾਰਟ ਹੈ ਜਿਹੜਾ ਇਹ ਆਪਾਂ ਕੱਟ ਲੈਣਾ ਚਾਕੂ ਦੇ।
ये ब्राउन हिस्सा जिहड़ा इहनू सुटना नहीं है, इहनू तुसीं सुका के ब्रैड क्रम बना सकदे हो। हुण तो वैसे भी धुप्पां दा सीजन है, तो धुप्पां दे सीजन दे विच बहुत जल्दी ब्रैड जिहड़े एक दिन दे विच ही सुक जांदे आ, तो इस कारण तुसीं इहदा ब्रैड क्रम बना के रख सकदे हो, स्टोर कर सकदे हो। हुण आपां इहनू सेंटर तों कट लैणा। हुण आपां इत्थों भी सेंटर दे विचों इहनू कटिंग कर लैणा। एक ब्रैड दे आपां चार पीस बना लिया, और सारे इसे तरीके दे नाल कट के तैयार कर लैणे आ। सारे ब्रैड जिहड़े आपां कट के तैयार कर लिया, जदों आपां एक ब्रैड दे उत्ते मलाई लगा के दूसरा ब्रैड उपर रखने आ, तो फिर वह चिपक जांदा, इस कारण मलाई जिहड़ी लगानी जरूरी है। तो आपां एक साइड ते रखने इहनू। इत्थे मैं लिया दुध, एक कप जिहड़ा मैं दुध लिया है, इहदे विच मैं चीनी पा के दुध चंगी तरह दे नाल घोल लिया। इसे चक्कर च मैं मलाई दे विच जिहड़ा चीनी नहीं पाई सी, क्योंकि दुध भी आपां मिठा लिया, और जिहड़े विच आपां कस्टर्ड पाउडर पाया वह भी मिठा है। तो हुण आपां दुध दे विच ब्रैड जिहड़े डिप करने आ चंगी तरह दे नाल। इहनू ज़्यादा देर नहीं पे रहन देना, क्योंकि ब्रैड जिहड़े आ दुध जां पानी दे विच जाण नाल बहुत जल्दी सॉफ्ट हो जांदे आ और टुट जांदे आ। इस कारण फटाफट पाने और फटाफट ब्रैड दुध दे विचों इहनां नूं कढ लैणा आपां, तां कि मिठास आ जाए दुध ब्रैडां दे विच। सारे आपां कर लिया। तो इत्थे मैं लईआं गुलाब दीआं पत्तियां। गुलाब दीआं पत्तियां लै के उहनां नूं मैं धो लिया चंगी तरह दे नाल। हुण इहनू मैं कैंची दे नाल पतली पतली कट रही हाँ। ये मैं गार्निश विच यूज़ करना है, इस कारण मैं ये लिया है। ये पूरी तरह दे नाल ऑप्शनल है, तुसीं गार्निश अपने हिसाब नाल किसी भी तरीके दे नाल इहनू कर सकदे हो। तो मैं पत्ते जिहड़े कट ले इहनू खोल लैंदे हाथ दे नाल, और इहनू भी रखने एक साइड ते। तो हुण ये जिहड़े आपां दुध दे विच डिप करके रखे सी ब्रैड, सारे किन्ने सॉफ्ट हो गया तुसीं देख सकदे हो। हुण आपां जिहड़ा कस्टर्ड बना के रखिया सी ये ठंडा हो गया पूरी तरह दे नाल। हुण आपां इहनू ब्रैड दे उत्ते पा देना चंगी तरह दे नाल, एक एक ब्रैड दे उत्ते पाना, तां कि ब्रैड जिहड़ा पूरी तरह कस्टर्ड दे विच कोट हो जाए, और कस्टर्ड वाले दुध दा फ्लेवर जिहड़ा ब्रैडां दे विच अच्छी तरह दे नाल अबजॉर्ब हो जाए। इस कारण एक एक ब्रैड दे उत्ते तुसीं दुध जिहड़ा पाना चंगी तरह दे नाल। ये बहुत ही ज़्यादा टेस्टी बन के तैयार होंदा है। मैं तो जिस तरह ये घर दे विच बना के तैयार किया, साडा उस वेले ही सारे खत्म हो गए, इन्ने ज़्यादा टेस्टी लगते घर दे विच सारे बच्चों और वड्डियां नूं। सारा कस्टर्ड वाला दुध आपां ये ब्रैडां दे उत्ते पा देना। जेकर गर्मियों के तुसीं ये रेसिपी इंजॉय कर रहे हो बना रहे हो, तो तुसीं की करना, इनू फ्रिज दे विच रख देना है। हले थोड़ी ठंड है, तो इस कारण मैं इनू बाहर ही रहन देवांगी थोड़ी देर दे लई, अद्धे घंटे तक पे रहन देवांगी। अद्धे घंटा हो गया, तो हुण मैं की कर रही हूँ, इत्थे मैं लिए बदाम। बदाम नूं मैं 2 मिनट लई गर्म पानी विच पा के उबाल के उहदा छिलका उतार लिया, तो उहनूं पतली पतली स्लाइस दे विच कट लिया, और गार्निश कर दिंदे आ। तुसीं पिस्ते नाल कर सकदे हो, जां फिर बिना छिलके वाले जिहड़े छिलके वाले बदाम आ उहनां नाल वी इहनां नूं गार्निश कर सकदे हो। ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਗਾਰਨਿਸ਼ ਕਰਨਾ, ਜਿੱਦਾਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਉਸੇ ਤਰੀਕੇ ਨਾਲ ਇਹਨੂੰ ਗਾਰਨਿਸ਼ ਕਰਕੇ ਤਿਆਰ ਕਰ ਲੈਣਾ। ਤੁਸੀਂ ਨਹੀਂ ਵੀ ਗਾਰਨਿਸ਼ ਕਰੋਗੇ, ਇਹ ਇੱਦਾਂ ਹੀ ਬਣਾ ਕੇ ਤੁਸੀਂ ਖਾਓਗੇ, ਤਾਂ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ। ਹੁਣ ਇੱਕ ਬਦਾਮ ਦਾ ਪੀਸ ਜਿਹੜਾ ਮੈਂ ਵਿੱਚ ਵੀ ਲਗਾ ਦਿੱਤਾ। ਹੁਣ ਆਪਾਂ ਜਿਹੜੇ ਗੁਲਾਬ ਦੀਆਂ ਪੱਤੀਆਂ ਕੱਟ ਕਰਕੇ ਰੱਖੀਆਂ ਸੀ ਉਹ ਲਗਾ ਦੇਣੀਆਂ। ਮੈਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਗਾਰਨਿਸ਼ ਕਰ ਰਹੀ ਹਾਂ, ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਗਾਰਨਿਸ਼ ਕਰਨਾ। पर एक बार ये रेसिपी ट्राई जरूर करो, बहुत ही ज़्यादा लाजवाब बन के तैयार होंगी है। अगे होलियां आ रही, होलियां के दिन दे विच तुसी इनू फटाफट बना के इंजॉय कर सकते हो। कोई भी गैसट घर दे विच आ जाता, तो तुसी ये बना के गैसट दे अगे जरूर सर्व करो। गैसट तुहाडे खुश हो जाणगे और सोचन लग जाणगे इन्होंने घर बनाई और किवें बनाई है। और मेरी ये रेसिपी तुहानू किवें लगी है प्लीज़ कमेंट करके मैनू जरूर दस्यो, और मेरे चैनल पंजाबी मसाला तड़का नूं जरूर सबसक्राइब करके मैनू सपोर्ट करो। इदा दी नवीं अते सिंपल रेसिपी मैं तुहाडे नाल हर वीडियो विच शेयर करांगी। तो फिर इदा दी एक होर रेसिपी लैके मिलदे हां अगली वीडियो विच। उदों तक दे लई सत श्री अकाल जी।